ਸਲਾਮ ਵਾਲੇਕਮ ਜੀ ਐਮਐ 7 ਟੀਵੀ ਤਰਫੋਂ ਇੱਕ ਵਾਰੀ ਫੇਰ ਦੋਸਤਾਨੀ ਖਿਦਮਤ ਹਾਜ਼ਰ ਹਾਂ ਜੀ ਦੋਸਤੋ ਲਸਣ ਦੀ ਜਰਮੀਨੇਸ਼ਨ ਮੁਕੰਮਲ ਹੋ ਚੁੱਕੀ ਆ ਤਕਰੀਬਨ 35 ਦਿਨਾਂ ਦਾ ਹੋ ਗਿਆ ਅੱਜ ਤੇ ਅੱਜ ਖਾਦ ਪਾਣੀ ਵਾਲਾ ਸਿਲਸਿਲਾ ਇਹਦਾ ਅੱਜ ਤੋਂ ਸ਼ੁਰੂ ਕਰ ਰਹੇ ਆ ਜਿਹੜੀ ਬਾਅਦ ਦੇ ਵਿੱਚ ਹੁਣ ਜਾਨੀ ਕਿ ਸ਼ੁਰੂ ਕਰਨੀ ਸੀਗੀ ਅੱਧੀ ਬੋਰੀ ਯੂਰੀਆ ਦੀ ਆ ਤੇ ਇੱਕ ਪੈਕਟ ਸਲਫਰ ਦਾ ਤੇ ਨਾਲ ਅੱਧੀ ਬੋਰੀ ਜਿਹੜੀ ਹੈਗੀ ਆ ਨੈਟ੍ਰੋਫਾਸ ਉਹ ਫਲੱਡ ਕਰਨੀ ਆ ਯੂਰੀਆ ਦਾ ਛੱਟਾ ਕਰਨਾ ਇਹਨੂੰ ਸਲਫਰ ਲਾ ਕੇ ਇੱਕ ਪੈਕਟ ਸਲਫਰ ਦਾ ਭਾਵੇਂ ਐਫਐਮਸੀ ਦਾ ਲੈ ਲਓ ਤੇ ਭਾਵੇਂ ਸਵਾਤ ਵਾਲਿਆਂ ਦਾ ਲੈ ਲਓ ਲੇਕਿਨ 80% ਹੋਣਾ ਚਾਹੀਦਾ ਤੇ ਇਹਦੇ ਉੱਤੇ ਯੂਰੀਏ ਦੇ ਛੱਟਾ ਕਰਨ ਵਾਸਤੇ ਸਲਫਰ ਨੂੰ ਇਹਦੇ ਨਾਲ ਲਾਣਾ ਤੇ ਉਹ ਤੁਸੀਂ ਦੇਖ ਲਓ ਵੀ ਸਲਫਰ ਅਗਰ ਛੱਟੇ 'ਚ ਕਰਨਾ ਹੋਵੇ ਇਹ ਸਲਫਰ ਆ ਜੀ ਐਫਐਮਸੀ ਦਾ ਇਹ ਹੈਗਾ 80% ਇਹ 80% ਇਹ ਸਭ ਤੋਂ ਬੈਸਟ ਆ ਸਵਾਤ ਵਾਲਿਆਂ ਦਾ ਹੋਵੇ ਜਾਂ ਇਹਨਾਂ ਦਾ ਹੋਵੇ ਖਾਦ ਦਾ ਗੱਟੂ ਖਿਲਾਰ ਕੇ ਉਹਦੇ ਉੱਤੇ ਹਲਕਾ ਜਿਹਾ ਪਾਣੀ ਦਾ ਛੱਟਾ ਮਾਰ ਕੇ ਤੇ ਉਹਦੇ ਉੱਤੇ ਫਿਰ ਤੁਸੀਂ ਪਾਣਾ ਸਲਫਰ ਇਹ ਦੇਖੋ ਹਲਕਾ ਜਿਹਾ ਪਾਣੀ ਦਾ ਛੱਟਾ ਲਾ ਕੇ ਨਾ ਥੋੜੀ ਜਿਹੀ ਨਮੀ ਦੇ ਕੇ ਤੇ ਇਹਦੇ ਉੱਤੇ ਜਿਹੜਾ ਨਾ ਫਿਰ ਸਲਫਰ ਜਿਹੜਾ ਤੁਸੀਂ ਉਹ ਅੱਧਾ ਪੈਕੇਟ ਜਾਂ ਪੂਰਾ ਪੈਕੇਟ ਉਹ ਇਹਦੇ ਉੱਤੇ ਕਰ ਲਓ ਕਰਕੇ ਤੇ ਇਹਨੂੰ ਰਲਾ ਲਓ ਮਿਕਸ ਕਰ ਲਓ ਮਿਕਸ ਕਰਕੇ ਤੇ ਯੂਰੀਆ ਦਾ ਲਾਣਾ ਛੱਟਾ ਇੱਕ ਏਕੜ ਲਸਣ ਦੇ ਵਿੱਚ ਦੋਸਤੋ ਅੱਧੀ ਬੋਰੀ ਯੂਰੀਆ ਦੀ ਆ ਤੇ ਅੱਧੀ ਬੋਰੀ ਨੈਟਰੋਫਾਸ ਆ ਨੈਟਰੋਫਾਸ ਫਲੱਡ ਕਰਨੀ ਆ ਤੇ ਯੂਰੀਆ ਦੇ ਉੱਤੇ ਸਲਫਰ ਪਾ ਕੇ ਇਹਨੂੰ ਮਿਕਸ ਕਰਕੇ ਤੇ ਇਹਦਾ ਜਿਹੜਾ ਨਾ ਛੱਟਾ ਕਰਨਾ ਇਹਨੂੰ ਮਿਕਸ ਕਰ ਸਲਫਰ ਮਿਕਸ ਹੋ ਰਿਹਾ ਯੂਰੀਆ ਦੇ ਵਿੱਚ ਦੋਸਤੋ ਇਸ ਤਰ੍ਹਾਂ ਨੂੰ ਹਲਕਾ ਜਿਹਾ ਪਾਣੀ ਦਾ ਛੱਟਾ ਲਾ ਕੇ ਮਿਕਸ ਕਰ ਲਿਆ ਕਰੋ ਤੇ ਇਹ ਤੁਸੀਂ ਇਹਦੀ ਜਿਹੜੀ ਹੈ ਨਾ ਯੂਰੀਆ ਦੀ ਕਪੈਸਿਟੀ ਬਹੁਤ ਜ਼ਿਆਦਾ ਵਧ ਜਾਂਦੀ ਆ ਤੇ ਇਹਦੀ ਤਾਕਤ ਬਹੁਤ ਜ਼ਿਆਦਾ ਵਧ ਜਾਂਦੀ ਆ ਤੇ ਨਾਲ ਸਲਫਰ ਜਿਹੜਾ ਹੈਗਾ ਉਹ ਵੀ ਪੈ ਜਾਂਦਾ ਸਲਫਰ ਵੈਸੇ ਤੁਸੀਂ ਫਲੱਡ ਵੀ ਕਰ ਸਕਦੇ ਆ ਲੇਕਿਨ ਯੂਰੀਆ ਦੇ ਉੱਤੇ ਤੁਸੀਂ ਅਗਰ ਲਾ ਕੇ ਇਹਨੂੰ ਛੱਟਾ ਦੇਓਗੇ ਨਾ ਤੇ ਇਹਦੀ ਪਾਵਰ ਹੀ ਕੁਝ ਹੋਰ ਆ ਤੇ ਅੱਜ ਇਹ ਲਸਣ ਨੂੰ ਛੱਟਾ ਕਰ ਰਹੇ ਆ ਤਕਰੀਬਨ 35 ਦਿਨਾਂ ਦੀ ਫਸਲ ਆ ਇਹਨੂੰ ਪਹਿਲਾ ਪਾਣੀ ਜਿਹੜੇ ਸ਼ੁਰੂ ਵਾਲੇ ਜਰਮੀਨੇਸ਼ਨ ਵਾਸਤੇ ਦੋ ਗੋਪਾਣੀ ਲਾਇਆ ਸੀ ਉਹ ਇਹਨੂੰ ਹੁਣ ਪਹਿਲਾ ਪਾਣੀ ਲਾ ਰਹੇ ਆ ਤੇ ਤੁਹਾਨੂੰ ਲਸਣ ਵੀ ਦਿਖਾਉਣੇ ਆ ਤੇ ਅੱਗੋਂ مزید ਅਗਲਾ ਥੋੜਾ ਜਿਹਾ ਹੋਰ ਸੁਝ ਦਿਖਾਉਣੇ ਆ ਦੋਸਤੋ ਅੱਧੀ ਬੋਰੀ ਨਾਈਟ੍ਰੋਫਾਸ ਦੀ ਫਲੱਡ ਕਰ ਰਹੇ ਆ ਇੱਕ ਏਕੜ ਨੂੰ ਤੇ ਨਾਲ ਅੱਧਾ ਪੈਕੇਟ ਸਲਫਰ ਦਾ ਵੀ ਪਾ ਰਹੇ ਆ ਸਲਫਰ ਬਹੁਤ ਅੱਛੀ ਚੀਜ਼ ਆ ਇਹਦਾ ਲਾਜ਼ਮੀ ਇਸਤੇਮਾਲ ਕਰਿਆ ਕਰੋ ਫੰਗਸ ਦੇ ਖਿਲਾਫ ਕੂਵਤ ਮੁਦਾਫਤ ਪੈਦਾ ਕਰਦਾ ਹੈ ਪੌਦੇ ਨੂੰ ਹਰਾ ਭਰਾ ਕਰਦਾ ਇਹਨੂੰ ਥੋੜਾ ਥੋੜਾ ਹਰ ਪਾਣੀ ਦੇ ਨਾਲ ਜ਼ਰੂਰ ਇਸਤੇਮਾਲ ਕਰੋ ਬਾਕੀ ਨਾਈਟ੍ਰੋਫਾਸ ਜਿਹੜੀ ਆ ਉਹ ਤੁਸੀਂ ਅੱਧੀ ਬੋਰੀ ਪਾ ਲੋ ਜਾਂ 20 ਕਿਲੋ 15 ਕਿਲੋ ਵੀ ਕਰ ਲੋ ਤੇ ਕੋਈ ਨਹੀਂ ਮਿਕਦਾਰ ਉਹਦੀ ਵਧਾ ਘਟਾ ਸਕਦੇ ਹੋ ਇਹ ਹੁਣ ਫਲੱਡ ਕਰ ਰਹੇ ਆ ਤੇ ਬਾਕੀ ਲਸਣ ਦੀ ਕੰਡੀਸ਼ਨ ਤੁਸੀਂ ਦੇਖ ਲਵੋ ਇਹ ਅੱਜ 35 ਦਿਨਾਂ ਦਾ ਹੋ ਗਿਆ ਤੇ ਮਜ਼ੀਦ ਇਨਸ਼ਾਅੱਲਾ 4 ਦਿਨਾਂ ਤੋਂ ਬਾਅਦ ਬੱਤਰ ਆ ਜਾਏਗਾ ਇਹਦੇ ਵਿੱਚ ਵੜਨ ਜੋਗਾ ਮਾਹੌਲ ਬਣ ਜਾਏਗਾ ਤੇ ਫਿਰ ਇਹਨੂੰ ਜ਼ਿੰਕ ਫੋਲੀਅਰ ਦੀ ਸਪਰੇ ਕਰਾਂਗੇ ਇਨਸ਼ਾਅੱਲਾ ਜ਼ਿੰਕ ਫੋਲੀਅਰ ਵੈਸੇ ਦੋਸਤੋ ਜਿਹੜਾ ਆਮ ਜ਼ਮੀਨ ਚ ਫਲੱਡ ਕਰਦੇ ਆ ਨਾ ਜ਼ਿੰਕ ਲੈ ਕੇ ਮਹਿਕਮਾ ਇਜ਼ਰਾਤ ਵਾਲੇ ਜਾਂ ਦੂਸਰੇ ਜਿਹੜੇ ਦਿੰਦੇ ਆ ਉਹਦਾ ਕੋਈ ਫਾਇਦਾ ਨਹੀਂ ਉਹ ਜ਼ਮੀਨ ਦੇ ਵਿੱਚ ਹੀ ਜ਼ਿਆਦਾ ਗਰਕ ਹੁੰਦਾ ਜਿਹੜਾ ਫੋਲੀਅਰ ਜ਼ਿੰਕ ਆ ਉਹਦਾ ਇਸਤੇਮਾਲ ਕਰੋ ਉਹਦਾ ਪੈਕਟ ਤੁਹਾਨੂੰ 350 ਰੁਪਏ ਦਾ ਲੱਭ ਜਾਂਦਾ ਫੋਲੀਅਰ ਜ਼ਿੰਕ ਉਹਦੀ ਸਪਰੇਅ ਕਰੋਗੇ ਤੇ ਉਹਦਾ ਰਿਜ਼ਲਟ 90% ਆ ਤੇ ਜਿਹੜਾ ਤੁਸੀਂ ਫਲੱਡ ਕਰਦੇ ਆ ਅਸੀਂ ਲੈ ਕੇ ਉਹ 90% ਜ਼ਾਇਆ ਹੁੰਦਾ ਤੇ 10% ਰਿਜ਼ਲਟ ਆ ਉਹਦਾ ਤੇ ਲਿਹਾਜ਼ਾ ਇਸ ਚੀਜ਼ਾਂ ਦਾ ਦੋਸਤੋ ਖਿਆਲ ਕਰੋ ਇਦੇ ਉੱਤੇ ਇਨਸ਼ਾਅੱਲਾ ਜਦੋਂ مزید ਇਹਦੀ 15 ਦਿਨਾਂ ਬਾਅਦ ਇਨਸ਼ਾਅੱਲਾ ਤੁਹਾਨੂੰ ਕੰਡੀਸ਼ਨ ਦਿਖਾਵਾਂਗੇ ਹੁਣ ਦੀ ਕੰਡੀਸ਼ਨ ਹੈ ਤੁਹਾਡੇ ਸਾਹਮਣੇ ਆ ਇਹ ਜੋ ਕੁਝ ਪਾਇਆ ਤੁਹਾਨੂੰ ਦੱਸ ਦਿੱਤਾ ਜ਼ਿੰਕ ਤੋਂ ਬਾਅਦ ਇਨਸ਼ਾਅੱਲਾ ਇਹਦੀ ਤੁਹਾਨੂੰ مزید ਕੰਡੀਸ਼ਨ ਦਿਖਾਵਾਂਗੇ ਕਿਵੇਂ ਨਿਖਰਦਾ ਹੈ ਕਿਵੇਂ ਇਹਦੀ ਸਿਹਤ ਬਣਦੀ ਹੈ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਕਿ ਗੱਪਸ਼ਪ ਲੱਗਦੀ ਰਹੇ ਤੇ ਇਨਸ਼ਾਅੱਲਾ 20 ਕ ਦਿਨਾਂ ਬਾਅਦ ਉਮੀਦ ਹੈ ਕਿ ਅਗਲਾ ਪਾਣੀ ਆਏਗਾ ਤੇ ਤੁਹਾਨੂੰ ਇਹਦੀ ਕੰਡੀਸ਼ਨ ਵੀ ਦਿਖਾਵਾਂਗੇ ਉਦੋਂ ਤੱਕ ਲਈ ਇਜਾਜ਼ਤ ਦਿਓ पाकिस्तान ज़िंदबाद